वेलकम आई तुहाडा सारिआं दा अपने एक होर नवें व्लॉग दे विच। ते अज चले सीगे आपां रैकोट, एक तां ट्रैक्टर दे दो फोटोआं लवाउणीआं ने, ते एक आपां दिओलगढ़ दी बाई नूं मिलणागा उत्थे, ते एक होर बाई नूं मिलणागा, उह तुहानूं अगे पता लग जूगा है ना वीडियो च। ते चलो चलदे आं रैकोट, ढिल्लों अपने नाल। मैं रेडी हो गया सीगा, मैं कहा चलो रीला वीला बणावांगे ना वधिया वधिया, ते मीटअप करांगे। ते बाकी ढिल्लों गेट लाउणा सीगा, गेट ला के बाकी चोबर कढ लिआ बाहरे। आया आया लै जा, किन्ना चौ आ मुंडे नूं? काली आ चौ नहीं है, कहना काली आ। लो जी एक नूं तां चक लिआ, एक नूं होर चकना सीगा, हुण मुंडा आउंदा फिर चल देंगे आपां ना। ब्लॉगर ते ब्लॉगर चढ़िया फिरदा, कहिंदे मुंडे ने ब्लॉग शुरू कर लिया, कहिंदे की बनिया फिरदा, कहिंदे प्रिंट बनिया फिरदा, कहिंदे पीली टी शर्ट पा ली मुंडे ने, कहिंदे की कराता सिरा कराता, एच एम दी पा ली, आए हाए सिरा कराता, इधर आ कहिंदे जरा तुर पे मैं देखो। लो जी मित्रों तेल पवाण लगे सीगे रास्ते च, रोके 4000 ਦਾ ਕਰ ਦਿਓ ਜੀ, ਉਹਨਾਂ ਚਿਰ ਪੇਟੀਐਮ ਕਰ ਦੀ, ਦੇਖੀਏ ਪੇਟੀਐਮ ਕਰਕੇ। ਲਓ ਜੀ ਹਜੇ ਕਹਿੰਦੇ ਗੱਡੀ ਖਾਲੀ ਹੋ ਰਹੀ ਆ ਉਹਦਾ ਤੇਲ ਦੀ, ਜਦੋਂ ਖਾਲੀ ਹੋ ਗਈ ਫਿਰ ਉਦੋਂ ਬਾਅਦ ਤੇਲ ਪਾ ਕੇ ਫਿਰ ਆਪਾਂ ਚੱਲਦੇ ਹਾਂ। ਲਓ ਜੀ 4000 ਦਾ ਤੇਲ ਪਵਾ ਲਿਆ ਅਤੇ 46 ਲੀਟਰ ਲੱਗ ਗਿਆ, 4500 ਦਾ ਕਿੱਥੋਂ ਪੈ ਗਿਆ? 4050 ਰੁਪਈਆਂ ਦਾ ਪੈ ਗਿਆ, 4050 ਦਾ ਪੈ ਗਿਆ, 50 ਦਾ ਸਾਡੇ 'ਚ ਪੈ ਗਿਆ ਹੈ ਨਾ, 50 ਦਾ ਤੇਲ ਅਸੀਂ ਪਾ ਲਿਆ, 10 ਦਾ ਪਰਮਿੰਦਰ ਨੇ ਪਾ ਲਿਆ ਆਪਦੇ 'ਚ ਪਾਣੀ ਉੱਥੋਂ। ਚਲੋ ਚੱਲੀਏ ਕਰਾਂ, ਚਲੋ ਲੈਟਸ ਗੋ ਗੋ, ਚਲੋ ਕਰ ਲਾ ਗੱਲ। ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਰੈਕੋਟ, ਅਤੇ ਸਾਰੇ ਭਾਈਆਂ ਨਾਲ ਬੁਲਾਉਂਦੇ ਹਾਂ, ਲੋਬਰ ਆਪਣਾ ਮਗਰ ਖੜਾ ਗਾ, ਅਤੇ ਇੱਧਰ ਮੈਸੀ ਗਰੁੱਪ ਬਾਈ ਦਾ ਯਾਨੀ ਕਿ ਦਿਓਲ ਬਾਈ ਦਾ ਟਰੈਕਟਰ ਖੜਾ ਗਾ, ਅਤੇ ਇਹ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਉੱਧਰ ਚੱਲ ਕੇ, ਅਤੇ ਬਾਈ ਬਾਕੀ ਬਾਈ ਹੋਣੀ ਸਾਰੇ ਆਪਣੇ ਹਰਸ਼ ਗਰਾਮ ਵਰਾਈ, ਕੀ ਹਾਲ ਨੇ ਜੀ? ਓਕੇ ਰਿਪੋਰਟ। ਹੋਰ ਬਟਰ ਬਾਈ ਕੀ ਹਾਲ ਨੇ? ਤੁਸੀਂ ਬਟਰ ਬਾਈ ਦੀ ਬੇਇੱਜ਼ਤੀ ਘੱਟ ਕਰਿਆ ਕਰੋ, सारा कुछ है ना बहुत छेती छेती। मैं कहना सीगा बाई नूं, मैं क्या बंपर बड़ा साफ है, कहिंदे काली काली च कीता सारा कुछ, आ की करिया बाई? स्मोक सिस्टम, स्मोक सिस्टम ओके, बड़ा दूर लिया के लाई है टंकी। ਤੇ ਹੋਰ ਬਾਈ ਕੀ ਹਾਲ ਨੇ? ਵਧੀਆ ਵੀਰੇ। ਓਕੇ ਰਿਪੋਰਟ। ਓਕੇ ਓਕੇ ਪੂਰੀ ਜਮਾ। ਤੇ ਬਾਕੀ ਬਾਈ ਹੋਣੀ ਹੋਰ ਫਿਰ ਢਿੱਲੋਂ, ਆ ਢਿੱਲੋਂ ਤੁਹਾਡਾ ਬਹੁਤ ਵੱਡਾ ਫੈਨ ਆ ਸੱਚੀ। ਆਪਣਾ ਟਰੈਕਟਰਾਂ ਦੇ ਚੈਨਲ ਹੈਗਾ, ਮੈਂ ਤੁਹਾਨੂੰ ਬਾਈ ਇੰਦਰ ਬਾਈ ਦੇ ਵਲੌਗ 'ਚ ਦੇਖਿਆ ਸ਼ਾਇਦ, ਹਾਂ ਉੱਥੇ ਹੀ ਦੇਖਿਆ, ਉੱਥੇ ਹੀ ਦੇਖਿਆ, ਹੋਰ ਕਿਸੇ ਦੇ ਵਲੌਗ 'ਚ ਨਹੀਂ ਦੇਖਿਆ ਮੈਂ। ਬਾਕੀ ਅੱਜ ਸਾਰੇ ਬਾਈ ਇਕੱਠੇ ਹੋਏ ਆਗੇ, ਇੱਥੇ ਰੀਲਾਂ ਵੀਲਾਂ ਬਣਾਵਾਂਗੇ ਅਤੇ ਹੋਰ ਵਲੌਗ ਕਰਿਓ ਤੁਸੀਂ ਇੰਜੋਏ ਹੈ ਨਾ, ਅੱਗੇ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਹੈ ਨਾ। ਐਂ ਢਿੱਲੋਂ ਢਿੱਲੋਂ ਮੈਨੂੰ ਕਹਿੰਦਾ, ਕਹਿੰਦਾ ਦੱਸਿਆ ਨਹੀਂ ਗਾ, ਮੈਂ ਤਾਂ ਕਹਿੰਦਾ ਲੋਅਰ 'ਚ ਹੀ ਫਿਰਦਾ ਗਾ, ਟਰੈਕਟਰ ਦਾ ਕੰਮ ਥੋੜ੍ਹੀ ਕਰਾਉਣ ਆਏ ਹਾਂਗੇ ਆਪਾਂ। ਲਓ ਜੀ ਅਤੇ ਦਿਓਲ ਬਾਈ ਦਾ ਟਰੈਕਟਰ ਦੇਖ ਲਓ ਤੁਸੀਂ, ਹੋਰ ਦਿਓਲ ਵੀਰੇ ਕੀ ਹਾਲ ਨੇ? ਓਕੇ ਰਿਪੋਰਟ। ਅਤੇ ਆਹ ਬਾਈ ਬਾਈ ਆਪਣਾ ਕੀ ਨੇਮ ਆ? ਦਿਲਬਾਗ ਲੰਮੀ। ਠੀਕ ਹੈ ਜੀ। ਅਤੇ ਆਹ ਗੋਲਡੀ ਬਾਈ, ਬਾਈ ਦੀ ਸ਼ੋਪ ਆ ਗਈ ਇੱਥੇ 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 ਯਾਨੀ ਕਿ ਮੀਟਅਪ ਕਰਦੇ ਹੁੰਦੇ ਜ਼ਿਆਦਾਤਰ ਅਸੀਂ ਉੱਪਲ ਮੋਬਾਈਲ ਕੈਫੇ। ਅਤੇ ਬਾਕੀ ਬਾਈ ਮਾਡਲ ਬੜਾ ਘੈਂਟ ਤਿਆਰ ਕਰਾਇਆ, ਕੀ ਕਿਹੜੇ ਬਾਈ ਨੇ ਕਰਕੇ ਦਿੱਤਾ ਸੀ? ਓਕੇ ਓਕੇ, ਉਹ ਬਾਈ ਲਵੇ ਮੈਂ ਜਾ ਕੇ ਆਇਆ ਸੀ ਇੱਕ ਵਾਰ, ਉਹਨੂੰ ਯਾਦ ਆ, ਉਹਨੂੰ ਮੈਂ ਬਾਈ ਨੂੰ ਕਿਹਾ ਵੀ ਸੀਗਾ ਤਿਆਰ ਕਰ ਸੀ, ਮੁੜ ਕੇ ਬਾਈ ਨਾ ਮੈਂ ਮੈਸੇਜ ਕੀਤਾ ਨਾ ਮੈਂ ਨਹੀਂ ਮੈਸੇਜ ਕੀਤਾ। ਅਤੇ ਬਾਕੀ ਉਹਨੂੰ ਕੀ ਹੋ ਗਿਆ ਡਿਸਪਲੇ ਫਟ ਗਈ ਯਾਰ ਬਾਈ, ਕਹਿੰਦੇ ਜਦੋਂ ਅਸੀਂ ਫਿੱਟ ਕੀਤੀ ਉਦੋਂ ਬਾਅਦ ਚੱਲੀ ਨਹੀਂ ਹੈ ਨਾ, ਅਤੇ ਹੁਣ ਚਲੋ ਦੇਖਦੇ ਹਾਂਗੇ ਚਲਾਉਂਦੇ ਹਾਂ ਉਹਨੂੰ, ਕਰਾਂਗੇ ਕੁਛ ਨਾ ਕੁਛ। ਤਾਂ ਮੈਂ ਕਿਸੇ ਦੀ ਵੀਡੀਓ 'ਚ ਦੇਖਿਆ ਸੀ ਵੀ ਆਹ ਬੰਪਰ ਖੁੱਲ੍ਹਦਾ ਹੈ ਨਾ ਜਦ ਨੂੰ ਮਰਜ਼ੀ। ਅੱਛਾ ਓਕੇ, ਉਹ ਬਾਹਲੀ ਵਧੀਆ ਚੀਜ਼ ਹੈ ਨਾ, ਜੇ ਟੋਜਨ ਪਾਉਣਾ ਲਾ ਕੇ ਰੱਖ ਦੇਵੇ, ਸਹੀ ਗੱਲ ਹੈ, ਵਧੀਆ ਜੁਗਾੜ ਕਰਾਇਆ ਹੋਇਆ ਗਾ ਸਾਡੇ ਵਾਲਾ ਤਾਂ, ਮੈਂ ਥੱਲੇ ਬੰਦ ਕਰਾ ਦਾ ਟੋਜਨ ਪਾਉਣ ਜਗ੍ਹਾ ਹੀ ਨਹੀਂ ਹੈਗੀ। ਅਤੇ ਬਾਕੀ ਲਾਈਟਾਂ ਵਗੈਰਾ ਦੇਖ ਲਓ ਨਾ ਤੁਸੀਂ, ਜਿਹੜਾ ਰੀਸੈਂਟਲੀ ਤੁਸੀਂ ਇੰਸਟਾਗ੍ਰਾਮ 'ਤੇ ਦੇਖਿਆ ਹੋਊਗਾ ਅਪਗ੍ਰੇਡ ਕੀਤਾ ਗਾ, ਸਾਰੀਆਂ ਨਵੀਆਂ ਪਾਈਆਂ ਨੇ, ਆਹ ਪਿੰਕ ਉਹ ਲੱਗੀ ਹੋਈ ਹੈ, ਦੂਜੀ ਨਿਓਨ ਆਪਣੀ,
ਤੇ ਅਕ੍ਰੈਲਿਕ ਦਾ ਕੰਮ ਜ਼ਿਆਦਾ ਹੋਇਆ ਹੋਇਆ ਨਾ ਬਈ ਸਿਸਟਮ ਪੁਰਾਣੀ ਆ ਨਾ ਪਹਿਲਾਂ ਵਾਲਾ ਫਿਰ ਫਿਰ ਹੁਣ ਅੱਗੇ ਕੀ ਨਵਾਂ ਲੈ ਕੇ ਆਉਣਾ ਬਾਈ ਦੇਖਦੇ ਹਾਂ ਬਾਈ ਹੋਰ ਕੀ ਕੱਢਦੇ ਨਵਾਂ ਹੀ ਸਭ ਕੱਢਾਂਗੇ ਨਵੀਂ ਸਭ ਕੱਢਾਂਗੇ ਕੋਈ ਮਤਲਬ ਐ ਨਹੀਂ ਕਦੇ ਚੇਂਜ ਕਰਨਾ ਵੀ ਕਦੇ ਆਪਾਂ ਕੰਪਨੀਆਂ ਸਭ ਉਹਨਾਂ ਚ ਜਾਈਏ ਆਟੋਲੈਂਡ ਵਾਲਾ ਕਹਿੰਦਾ ਜੀ ਪਤਾ ਨਹੀਂ ਬਾਕੀ ਇਹ ਸਾਡਾ ਕਿੱਧਰ ਨੂੰ ਬਾਜ਼ਾਰ ਬਣ ਠੀਕ ਹੈ ਜਿੱਦਾਂ ਮਤਲਬ ਅੱਜ ਤੁਸੀਂ ਸੁਣ ਕੇ ਦੇਖਿਓ ਵੀ ਕਲੈਰਿਟੀ ਕੀ ਜ਼ਿਆਦਾ ਮਤਲਬ ਉਸ ਹਿਸਾਬ ਨਾਲ ਤੁਸੀਂ ਕਰ ਲਓ ਹਨਾ ਹਾਂ ਬਾਕੀ ਦੇਖ ਮੈਨੂੰ ਮੇਰੇ ਵਿੱਚ ਕੋਈ ਕਮੀ ਲੱਗਦੀ ਹੈ ਵੀ ਉਹਦੇ 'ਚ ਆਵਾਜ਼ ਘੱਟ ਆ ਬੇਸ ਵਾਧੂ ਆ ਆਵਾਜ਼ ਘੱਟ ਆ ਕੁਛ ਜਦੋਂ ਮੈਂ ਸਟੰਟ ਕਰਾਇਆ ਸੀਗਾ ਉਹ ਮਾਗਲੀ ਪੇਟੀ ਖੁੱਲ੍ਹ ਗਈ ਉਹਦੀ ਉਹ ਪੱਤੀਆਂ ਟੁੱਟੀਆਂ ਵੀ ਨੇ ਆਵਾਜ਼ ਕਰਦੀਆਂ ਨੇ ਉਹ ਯੂ ਵੀ ਵੈਂਡ ਹੋ ਗਈ ਸਾਰਾ ਕੁਝ ਨਵਾਂ ਹੀ ਲੱਗਣਾ ਹੈਗਾ ਉਦੋਂ ਆਪਾਂ ਜਦੋਂ ਹੁਣ ਨਵਾਂ ਫਿੱਟ ਕਰਾਵਾਂਗੇ ਹੈ ਨਾ ਤਾਂ ਉਦੋਂ ਆਪਾਂ ਯੂ ਵੀ ਚੇਂਜ ਕਰ ਦਾਂਗੇ ਅਤੇ ਬਾਕੀ ਹੋਰ ਕੰਮ ਨੇ ਜਾਣ ਕਿ ਫਰੇਮਿੰਗ ਫਰੂਮਿੰਗ ਸਾਰਾ ਕੁਝ ਚੇਂਜ ਕਰ ਦਾਂਗੇ ਨਵੇਂ ਸਿਰੋਂ ਸ਼ੁਰੂ ਕਰਾਂਗੇ ਠੀਕ ਹੈ ਜੀ ਅਤੇ ਬਾਕੀ ਚਲੋ ਚੱਲਦੇ ਹਾਂ ਅਤੇ ਕਿਹੜਾ ਉੱਥੇ ਜਾ ਕੇ ਫਿਰ ਵਲੌਗ ਕੰਟੀਨਿਊ ਕਰ ਦਿਓ ਲਓ ਵੀ ਮਿੱਤਰੋ ਸਾਰੇ ਟਰੈਕਟਰ ਇਕੱਠੇ ਕਰ ਲਏ ਤਿੰਨੇ ਲਾਈਨ 'ਚ ਲਾ ਕੇ ਖੜਾਤੇ ਹੈ ਨਾ ਅਤੇ ਬਾਕੀ ਅਰਸ਼ ਬਾਈ ਆਉਂਦਾ ਗਾ ਅਤੇ ਸਾਰੇ ਜਾਣੇ ਫਿਰ ਰੀਲਾਂ ਵੂਲਾਂ ਬਣਾਉਂਦੇ ਹਾਂ ਰੀਲਾਂ ਹੀ ਲੈਣ ਲਾ ਦੇਣੀਆਂ ਅੱਜ ਐਂ ਉੱਤੇ ਉੱਤੇ ਤੋਂ ਉੱਤੇ ਅਤੇ ਬਾਕੀ ਚਲੋ ਬਣਾਉਂਦੇ ਹਾਂ ਰੀਲਾਂ ਵੂਲਾਂ ਅਤੇ ਬਾਕੀ ਬਾਈ ਦਾ ਸਿਸਟਮ ਵੀ ਸੁਣਾਵਾਂਗੇ ਤੁਹਾਨੂੰ ਹੈ ਨਾ ਜਿਹੜਾ ਬਾਈ ਕਿੰਨੇ ਲੱਗੇ ਹੋਏ 18 ਇੰਚੀ ਅੱਛਾ 15 ਇੰਚੀ 7 ਲੱਗੇ ਹੋਏ ਆ ਦੋ ਥੱਲੇ ਨੂੰ ਵੀ ਨੇ ਹੈ ਨਾ ਠੀਕ ਆ 28 ਸਪੀਕਰ ਨੇ ਆਪਣੇ ਤਾਂ ਜਵਾਕ ਜੇ ਲੱਗੇ ਹੋਏ ਆ 12-12 ਇੰਚੀ ਵਾਲੇ ਪਰ ਫਿਰ ਵੀ ਵੱਜਦੇ ਆ ਤਾਂ ਇਹ ਤਾਂ ਹੈਗੇ ਆ ਚਲੋ ਬਾਕੀ ਹੈ ਨਾ ਸੁਣਾਉਂਦੇ ਹਾਂ ਤੁਹਾਨੂੰ ਸਿਸਟਮ ਬਾਈ ਚਲਾ ਕੇ ਦਿਖਾਇਓ ਇੱਕ ਵਾਰ ਜਿਹੜਾ ਮਰਜ਼ੀ ਗਾਣਾ 6-6 ਸੈਕਿੰਡ ਦੀ ਕਲਿੱਪਾਂ ਪਾ ਦਾਂਗੇ ਕੱਟ ਕੇ ਬਾਕੀ ਮੈਨੂੰ ਚੋਬਰ ਦੀ ਹਾਈਟ ਜ਼ਿਆਦਾ ਲੱਗਦੀ ਹੈ ਛਤਰੀ ਦੀ ਹੈ ਨਾ ਉਹਦੀ ਹਾਈਟ ਜ਼ਿਆਦਾ ਹੈ ਨਾ ਉੱਚੀ ਹੈ ਛਤਰੀ ਓਵਲਾਂ ਕਰਕੇ ਉੱਚੀ ਚਲੀ ਗਈ ਉਹ ਸਾਨੂੰ ਪੱਤੀਆਂ ਵੱਡੀਆਂ ਲਾਉਣੀਆਂ ਪਈ ਛਤਰੀ ਦੀਆਂ ਅਤੇ ਬਾਕੀ ਦੇਖੋ ਹਜੇ ਤਾਂ 5 ਮਿੰਟ ਹੀ ਹੋਏ ਆ ਰੁਕ ਜਾਓ ਹਜੇ ਫਿਰ ਦੇਖਿਓ ਤੁਸੀਂ ਅਸੀਂ ਸ਼ਹਿਰ 'ਚੋਂ ਬਾਹਰ ਆਏ ਹਾਂ ਉੱਥੇ ਵੀ ਜਾਣੀ ਕਿ ਕਾਫੀ ਪਬਲਿਕ ਇਕੱਠੀ ਹੋ ਰਹੀ ਸੀਗੀ ਤਾਂ ਕਰਕੇ ਹੈ ਨਾ ਇੱਥੇ ਇੱਥੇ ਸੈੱਟ ਆ ਹੈ ਨਾ ਬਾਈ ਬਣਾਈਏ ਫਿਰ ਰੀਲਾਂ ਆਪਾਂ ਕਿ ਨਾ ਕਦੋਂ ਕੀਤੀ ਆ ਅਤੇ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੈ ਨਾ ਆਪਣਾ ਸਲਾਂਸਰ ਨਹੀਂ ਘਸਿਆ ਹੁੰਦਾ ਇਹਦੇ 'ਤੇ ਅਤੇ ਬਾਕੀ ਹੈ ਨਾ ਆਪਾਂ ਮਤਲਬ ਉੱਦਾਂ ਹੀ ਕਾਹਲੀ ਕਾਹਲੀ 'ਚ ਇਹਨੂੰ ਰੱਖ ਲਿਆ ਇਹਦਾ ਪੇਂਟ ਪੂੰਟ ਉਤਰਿਆ ਹੋਇਆ ਇਹਨੂੰ ਆਪਾਂ ਲਾ ਕੇ ਰੀਲ ਬਣਾਵਾਂਗੇ ਚਮਕੂਗਾ ਨਹੀਂ ਦੂਰੋਂ ਹੀ ਲਓ ਜੀ ਮਿੱਤਰੋ ਅਤੇ ਮੈਂ ਸਲਾਂਸਰ ਨੂੰ ਹੱਥ ਨਹੀਂ ਲਾਉਂਦੇ ਬਾਈਕ ਕਹਿੰਦਾ ਫਿਰ ਕਹੋਗੇ ਬਾਅਦ 'ਚ ਵੀ ਕੋਲਗੇਟ ਲੈ ਗਏ ਫਿਰ ਉਹ ਗਰਮ ਹੁੰਦਾ ਨਾ ਅੱਜ ਤੜਕੇ ਤੜਕੇ ਕਰਾ ਕੇ ਹਟਿਆ ਮੈਂ ਕੰਮ ਪੈਰ 'ਤੇ ਸਲਾਂਸਰ ਲੱਗ ਗਿਆ ਸੀਗਾ ਹਾਂ ਹਾਂ ਡਾਕਟਰ ਦਾ ਸਟੈਂਡ ਚੱਕਦਾ ਸੀਗਾ ਉਹ ਢੋਲਕੀ ਨਾਲ ਲੱਗ ਗਿਆ ਉਹ ਨਵਾਂ ਨਵਾਂ ਤਿਆਰ ਕਰਾਇਆ ਸਟੈਂਡ ਥੋੜ੍ਹੇ ਟਾਇਰ ਸੀਗਾ ਉਹਦਾ ਫੋਰਡ ਦਾ ਕਸ ਤੇ ਟਾਇਰ ਕਸ ਕੇ ਆਏ ਹਾਂ ਅਤੇ ਬਾਕੀ ਬਾਈ ਕਹਿੰਦੇ ਸੀਗੇ ਫੋਰਡ ਦੇ ਟਾਇਰ ਕਸ ਤੇ ਮੈਂ ਕਿਹਾ ਕਸ ਕੇ ਆਏ ਹੈਗੇ ਵੀ ਅਤੇ ਬਾਕੀ ਹੁਣ ਰੀਲ ਹੈਂਜੀ 3-4 ਦਿਨ ਹੋ ਗਏ ਉਹ ਯਾਰ ਅਸੀਂ ਖੋਲ੍ਹ ਤਾਂ ਲਏ ਫਿਰ ਬਾਅਦ 'ਚੋਂ ਆਪ ਦੀ ਘੋਲ ਹੋ ਗਈ ਕੁਛ ਮਿਸਤਰੀ ਨਹੀਂ ਆਇਆ ਉਹ ਵੀ ਕਹਿੰਦੇ ਅਸੀਂ 4 ਵਜੇ ਆਊਂ 6 ਵਜੇ ਆਊਂ ਦੂਜੇ ਦਿਨ ਫਿਰ 4 ਵਜੇ ਆਊਂ 6 ਵਜੇ ਆਊਂ ਅਸੀਂ ਪੁੱਠੇ ਕੰਮਾਂ 'ਚ ਬਿਜ਼ੀ ਹੁੰਦੇ ਹਾਂ ਮੈਂ ਤਾਂ ਢਿੱਲੋਂ ਹੁੰਦੇ ਹਾਂ ਬਸ ਹੈ ਨਾ ਢਿੱਲੋਂ ਦੀਆਂ ਜੈਨਕਾਂ ਲਾਈਆਂ ਉਹ ਦੁਬਾਰੇ ਲਾਈ ਦਿਖਾਈ ਮਾੜਾ ਜਿਹਾ ਬਾਹਲਾ ਸੱਟ ਲਾਉਂਦਾ ਸੀਗਾ ਲਾਈ ਚੌੜੀ ਲਾ ਦੀ ਲਾ ਲਾ ਦੀ ਮਾੜਾ ਜਿਹਾ ਦਿਖਾ ਦੇ ਕੀ ਹੋ ਗਿਆ ਫਿਰ ਤੇ ਖੂਨ ਦਾ ਦਬਾਅ ਵੱਧ ਗਿਆ ਮੇਰੇ ਦੋਸਤ ਨੇ ਲਵਾਇਆ ਹੈਗਾ ਆਈਟਮ ਦੀ ਵਿੱਚ ਉਹ ਵੀ ਬੜਾ ਮੱਕਾ ਵਾ ਸਿਸਟਮ ਯਾਰ ਨਹੀਂ ਆ ਕਿਵੇਂ ਲੱਗਿਆ ਇਹ ਤਾਂ ਹੀ ਉਹਨਾਂ ਦਾ ਮਤਲਬ ਐ ਲੱਗਿਆ ਜਿਵੇਂ ਇਹ ਨਾ ਵੀ ਬਾਹਰ ਆ ਰਿਹਾ ਜਿਵੇਂ ਟਰਾਲੀ 'ਚ ਬਹਿ ਘੁਮਾਤਾ ਮਤਲਬ ਸਿਹਤ ਨੂੰ ਦਬਾਅ ਗਿਆ ਮੇਰਾ ਖਰਾਬ ਹੋਣ ਲੱਗ ਗਿਆ ਨਹੀਂ ਬਾਕੀ ਨਾ ਹੈਗੀ ਹਜੇ ਠੀਕ ਹੈ ਜੀ ਮੇਰੇ ਲੱਗਿਆ ਹੋਇਆ ਗੱਡੀ ਵਿੱਚ ਕਿਤੇ ਉਹ ਇੰਨਾ ਨਹੀਂ ਹੈਗਾ ਬਾਬੇ ਇਹਦੇ ਸਪੀਕਰ ਕਿੰਨੇ ਇਹਦੇ ਇਹ ਸਬਵੂਫਰ 8 ਨੇ ਸਪੀਕਰ 8 ਨੇ ਇਹ ਬਾਈ ਦੇਵਲ ਬਾਈ ਦਾ ਟਰੈਕਟਰ ਆ ਬਾਈ ਇੰਚ ਕਿੰਨੇ ਆ ਵੀਰੇ 7 ਬੂਫਰ ਆ ਵੀਰੇ 15 ਇੰਚ 28 ਸਪੀਕਰ ਥਾਈ ਸਪੀਕਰ ਇਹਦੀ ਆਵਾਜ਼ ਬਾਲੀ ਆ ਨਾ ਇਹਦੀ ਆਵਾਜ਼ ਨਹੀਂ ਹੈਗੀ ਇਹਦੀ ਬੇਸ ਆ ਸਪੀਕਰ ਵੱਧ ਆ ਨਾ ਉਹਦਾ ਸਪੀਕਰ ਬਾਲੇ ਜਾਦੇ ਆ ਇਹ ਇਕੱਠੀ ਹੀ ਮਾਰਦੇ ਆ ਵੀਰੇ ਹਾਂ ਆਵਾਜ਼ ਵੀ ਤੇ ਬੇਸ ਵੀ ਇਕੱਠੀ ਹੀ ਮਾਰਦੇ ਆ ਇਹ ਥੋੜਾ ਅੱਡ ਅੱਡੇ ਆ ਇਹ ਅੱਡ ਅੱਡਾ ਇਹਦਾ
ਕਿਉਂਕਿ ਐਂਪ ਵਗੈਰਾ ਸਾਰੇ ਅੱਡ ਲੱਗੇ ਹੋਏ ਨਾ ਉਹਦੇ ਇਕੱਠੇ ਹੀ ਹੁੰਦਾ ਸੀ ਗਾੜ ਹੁਣ ਮੈਂ ਉਹੋ ਜਿਹਾ ਲਵਾਉਣਾ ਫੋੜ ਤੇ ਕਰ ਰਹੇ ਹਾਂ ਤਿਆਰ ਤੁਹਾਨੂੰ ਜਿਵੇਂ ਪਤਾ ਹੀ ਆ ਹਾਂ ਹਾਈ ਟੈਕ ਹੋ ਰਿਹਾ ਤਿਆਰ ਉਹ ਅਤੇ ਬਾਕੀ ਫੋੜ ਤੇ ਰਖਾਉਣਾ ਆਪਾਂ ਹਜੇ ਦੱਸਣਾ ਥੋੜ੍ਹੀ ਆ ਉਹ ਟਾਈਮ 'ਤੇ ਦੱਸਾਂ ਵੀ ਕਿੰਨੇ ਵਾਲਾ ਰੱਖਣਾ ਤੁਸੀਂ ਯੂ ਬਾਈ ਸਾਰੀ ਨਵੀਂ ਬਣਵਾਈ ਸੀਗੀ ਜਾਂ ਉਹ ਮਤਲਬ ਕੱਟ ਪਾਇਆ ਹੋਇਆ ਨਵੀਂ ਬਣਵਾਈ ਸੀ ਹੈ ਨਾ ਮੈਂ ਵੀ ਨਵੀਂ ਬਣਵਾਈ ਸੀਗੀ ਇਹ ਵੀ ਛੋਟੀ ਰਹਿ ਗਈ ਹਾਂ ਉਹ ਤੁਸੀਂ ਪੱਤੀਆਂ ਵੱਡੀਆਂ ਕਰ ਦਿੰਦੇ ਪਰ ਉਤੋਂ ਫਿਰ ਵੇਲ ਜਾਂਦੀ ਨਾ ਸਿਸਟਮ ਬਦਲਾਂਗੇ ਉਹਦੇ ਨਵਾਂ ਹੀ ਉਹਦੇ ਹੀ ਨਵਾਂ ਬਣਾਉਣਾ ਇਹ ਜਿਹੜਾ ਸਿਸਟਮ ਆ ਉਹਦੇ ਲਾਵਾਂਗੇ ਓਕੇ ਇਹ ਉਹਦੇ ਰੱਖਣਾ ਹੈ ਫਿਰ ਇਹਦੇ ਨਵਾਂ ਉਹਦੀ ਸ਼ੋਅ ਦਾ ਫਰਕ ਆ ਨਾ ਥੋੜਾ ਜਿਹਾ ਪੁਰਾਣਾ ਖੁੰਡਾ ਰਸ਼ੀਅਨ ਟੈਂਕ ਰਸ਼ੀਅਨ ਟੈਂਕ ਹਾਂ ਨਾ ਜਾਲੀ ਦਾ ਆਪਾਂ ਤਿਆਰ ਕਰਵਾਈ ਆ ਨਾ ਮੈਂ ਪੂਰੇ ਪਿੱਛੇ ਕਰਾਇਆ ਠੀਕ ਇਹਦੀ ਜਾਲੀ ਤਿਆਰ ਕਰਵਾਈ ਆ ਅੱਛਾ ਬਾਲੇ ਲੈਟਾਂ ਜਮਾ ਨੀਵੀਆਂ ਸੀਗੀਆਂ ਓਕੇ ਸਪੈਸ਼ਲ ਤਿਆਰ ਕਰਵਾਈ ਆ ਜੋਧਾਂ ਤੋਂ ਠੀਕ ਆ ਜੀ ਇਹਦੀ ਜਾਲੀ ਲਵਾ ਦੋ ਮੈਂ ਕਹਿੰਦਾ ਉਹਦੇ ਜਾਂ ਲੱਗਦੀ ਨਹੀਂ ਇਦਾਂ ਨਹੀਂ ਨਹੀਂ ਸੋਈ ਬਹੁਤ ਚੌੜੀ ਹੈ ਅੱਛਾ ਜੀ ਉਹ ਸਿਲੰਡਰ ਚਾਰ ਹੈ ਤਿੰਨ ਇਹ ਟਰਬੋ ਆ ਉਹ ਬਿਨਾ ਟਰਬੋ ਠੀਕ ਆ ਜੀ ਮਤਲਬ ਜ਼ੋਰ ਉਹ ਤੇ ਜ਼ਿਆਦਾ ਜ਼ੋਰ ਉਹ ਤਾਂ ਫਿਰ ਪੁਰਾਣਾ ਹਾਥੀ ਆ ਨਾ ਪੁਰਾਣਾ ਹਾਥੀ ਆ ਸਹੀ ਗੱਲ ਆ ਕੱਪੜਾ ਮਾਰ ਲੱਗਾ ਸੀ ਕਿਸੇ ਹੋਰ ਪਾਸੇ ਹੀ ਵਗ ਗਿਆ ਲੋਕੇ ਨਾ ਮਾਰਦੀ ਹੈ ਨਾ ਯਾਰ ਮਿੱਟੀ ਵਾਲੀ ਖਿੱਚਦਾ ਇਹ ਕੁਛ ਕੱਲ ਕੰਪਾਊਂਡ ਕਰਿਆ ਸੀਗਾ ਉਹਦੇ ਕਰਕੇ ਹੋ ਗਿਆ ਲਓ ਜੀ ਅਤੇ ਬਾਕੀ ਪਹਿਲਾਂ ਤਾਂ ਹੈ ਨਾ ਚਲਾ ਕੇ ਦੇਖੀਏ ਬਾਈ ਦਾ ਟਰੈਕਟਰ ਅਤੇ ਉੱਚੇ ਪੈਰ ਦੇ ਨਾਲ ਬਾਹਲਾ ਸਵਾਦ ਆ ਨਾ ਉਹਦਾ ਅੰਦਰੋਂ ਸਪੇਸ ਘੱਟ ਆ ਅੱਛਾ ਉਹਦਾ ਵੀ ਸੇਮ ਹੀ ਆ ਨਾ ਮੈਂ ਕਰਾਉਣੇ ਆ ਪੈਰ ਦਾ ਥੋੜ੍ਹੇ ਟਾਈਮ ਤੱਕ ਕਰਾਵਾਂਗੇ ਪੂਰਾ ਇਹਦਾ ਫਰਕ ਹੈਗਾ ਸਟੇਰਿੰਗ ਦਾ ਬਾ ਫੋਟੋ ਲੱਗੀ ਹੈਗੀ ਬਾਈ ਨੇ ਵੀ ਉੱਥੋਂ ਹੀ ਬਣਵਾਇਆ ਹੈਗਾ ਇਸ ਕੇ ਤੋਂ ਅਤੇ ਵਾਇਰਿੰਗ ਵੂਰਿੰਗ ਕਰਤੀ ਇਹਦੀ ਚੱਲਦਾ ਗਾ ਚਲਾਇਓ ਮਾੜਾ ਜਿਹਾ ਅੱਛਾ ਚੱਲਦੀ ਹੈ ਲਾਈਟ ਉਹ ਪਤਾ ਹੀ ਲੱਗਦਾ ਨਾ ਲਓ ਜੀ ਬਹਿ ਗਏ ਦਿਓਲ ਬਾਈ ਦੇ ਟਰੈਕਟਰ 'ਤੇ ਅਤੇ ਚਲਾ ਕੇ ਦੇਖ ਲਈਏ ਛੱਲੇ ਬਣਾ ਕੇ ਦੇਖੀਏ ਹੁਣ ਮੈਨੂੰ ਕੈਮਰਾ ਰੱਖਣ ਤੋਂ ਫਿਰ ਬਣਾ ਕੇ ਦੇਖਦੇ ਹਾਂ ਲਓ ਵੀ ਮਿੱਤਰੋ ਅਤੇ ਹੁਣ ਅਸੀਂ ਲੱਗੇ ਹਾਂਗੇ ਰੀਲਾਂ ਬਣਾਉਣ ਅਤੇ ਸਾਰੇ ਬਾਈ ਦੇਖੋ ਹੈ ਨਾ ਆਹ ਯਾਰ ਟੀ ਸ਼ਰਟ ਮੇਰੀ ਨਾ ਗੰਦੀ ਹੋ ਗਈ ਸੀਗੀ ਅਤੇ ਹਰਸ਼ ਬਾਈ ਕੋਲ ਪਈ ਸੀਗੀ ਅਤੇ ਆਪਾਂ ਚੇਂਜ ਕਰ ਲਈ ਬਾਈ ਫਿਰ ਕਿਵੇਂ ਮਤਲਬ ਵੀ ਪੂਰਾ ਧਿਆਨ ਆ ਦੇਖੋ ਸੀਟੀ ਬੜੀ ਘੈਂਟ ਮਾਰਦਾ ਕਹਿੰਦੇ ਇਹਨੂੰ ਕਹਿੰਦੇ ਸੀਟੀ
ਤੇ ਗੇੜਾ ਗੁੜਾ ਦਿੱਤਾ ਸੀ ਵਲੌਗ ਵੀ ਨਾਲ ਦੀ ਨਾਲ ਬਣਾ ਰਹੇ ਆ ਰੀਲਾਂ ਨਾਲ ਸਿਰਾ ਕਰਾਤਾ ਸੀ ਰੀਲਾਂ ਹੀ ਬਣਾਈ ਜਾ ਰਹੇ ਆ ਜਦ ਤੇ ਬਾਈ ਇਹ ਲੱਤਾਂ ਤਾਂ ਚਕਾਤੀਆਂ ਬਾਕੀ ਚਲੋ ਆਪਾਂ ਇੰਸਟਾਗ੍ਰਾਮ ਲਈ ਸ਼ੂਟ ਕਰ ਲਈਏ ਫਿਰ ਉਸ ਤੋਂ ਬਾਅਦ ਮਿਲਦੇ ਆ ਗੁਰੀ ਓਏ ਉਹ ਤੇ ਆ ਜਾ मिट्टी मिट्टी करती चल यार ट्रैक्टर वाले बाबे का ना ये वाह ठीक आ हत पा लिया बाबे मित्रों के बाई ना ट्रैक्टर सिखाता हम देखी जाए बी बस खंबे खुंबे बचा के ठीक है वीरे खंबे खुंबे बचा के पुटर भाई ते भी जान देनी है ना ना जान देनी है ते भी फिर आप बह का देखो गेयर पाता बस हौली हौली क्लच छोड़ो 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 हौली हौली गेयर पाया हो मेरा बस ए करो स्टीयरिंग बट दो उपर सी ਉੱਪਰ ਲੱਗਿਆ ਆ ਉਹ ਸਿੱਧਾ ਕਰੋ ਸਟੀਅਰਿੰਗ ਅੰਦਰ ਬੈਠਾ ਹਾਂ ਹਾਂ ਸੱਟਾ ਸੱਟਾ ਤੂੰ ਪਿੱਛੇ ਕਿਵੇਂ ਦੇਖਦਾ ਨਾ ਹੈ ਤੂੰ ਪਿੱਛੇ ਕਿਵੇਂ ਦੇਖਦਾ ਪਿੱਛੇ ਨਾ ਨਾ ਇਧਰੋਂ ਦੇਖ ਲੈਣਾ ਸਾਈਡ ਤੋਂ ਬਾਈ ਰੋਕੀ ਕਲਚ ਦੱਬੀ ਇਧਰੋਂ ਬੀ ਲਾ ਦੇ ਮੂਹਰ ਨੂੰ ਕਰਕੇ ਥੋੜਾ ਜਿਹਾ ਬੀ ਲਾ ਦੇ ਮੂਹਰ ਨੂੰ ਕਰਕੇ ਥੋੜਾ ਜਿਹਾ ਮੂਹਰ ਕਰੀ ਥੋੜਾ ਜਿਹਾ ਹੋਰ ਕਰ ਆ ਏ ਕੇ ਬੀ ਕੇ ਬੀ ਆਰ ਥੋੜਾ ਮੂਹਰ ਨੂੰ ਤਾਂ ਕਰ ਵੀਰੇ ਹੁਣ ਹੁਣ ਹਾਂ ਹੁਣ ਆਰ ਕਰ ਬਸ ਹੁਣ ਚੱਲ ਤੀਜਾ ਇਧਰੋਂ ਗੇਅਰ ਵੱਡਾ ਹੋਊਗਾ ਚਲੋ ਕੋਈ ਨਾ ਬਾ ਮੇਰੇ ਕੋਈ ਬੰਦਾ ਨਹੀਂ ਚੱਕਣਾ ਹੈਗਾ ਆਪਾਂ ਹੌਲੀ ਹੌਲੀ ਚੱਲ ਆਏ ਗੇੜਾ ਕੱਢ ਕੇ ਆਉਣੇ ਆ ਬਾ ਐਨੂੰ ਮੋੜਨਾ ਆਪਾਂ ਇੱਥੋਂ ਬਸ ਬਾ ਮੇਰੇ ਆਪਾਂ ਚੱਕਾਰ ਨਹੀਂ ਕਰਾਉਣੀ ਹੈਗੀ ਮਤਲਬ ਵੀ ਬੰਦਾ ਨਹੀਂ ਚੱਕਣਾ ਆਪਾਂ ਇੱਕ ਅੱਧਾ ਦੇ ਦੇ ਰੇਸ ਪ੍ਰਧਾਨ ट्रैक्टर तो चौथे गिर भी तुर पा हाँ बड़े क्लच दबो वो क्लच दब के गेयर मूहर न कर दो बस पै गए छड़ दो सलांसर रखना भुल गया चलो कोई ना वा खेह दो किमें लगता वजिया लगता ना वो साइड से बैठन थोड़ा अनकंफर्टेबल होंगे सीट का बाली कंफर्टेबल आ पहली बार चलाया आ गई समझ बाहन कहाँ रोक दो फिर तुम मैं चला के लेके जाऊंगा फिर तुम फटके बैठे हो अब रेस ना छड़े हो क्योंकि बाई डेंगू आ रेस भाई फड़ी माड़ा देखी झटका जहा मर जाओ रेस तो पैर चकोगे छड़े हो रेस छड़ दो मार देना झटका तो कैसी लगी आपको हमारी राइड इन्ने कंफर्टेबल कदे बैठी नहीं है ना बहुत वधिया लगा एक बार चलाउणा ना
ਨਹੀਂ ਨਹੀਂ ਵੀਰੇ ਮੈਂ ਨਹੀਂ ਚਲਾ ਸਕਦਾ ਇਹਨੂੰ ਤੁਸੀਂ ਵੀ ਚਲਾ ਸਕਦੇ ਹੋ ਇੱਧਰ ਖੜਾ ਡਰਾਉਣਾ ਨਹੀਂ ਸੀ ਪਹਿਲਾਂ ਹਾਂਜੀ ਫੇਰ ਵੀ ਮੈਂ ਚਲਾ ਅੱਛਾ ਮੈਂ ਡਰਾਉਣਾ ਨਹੀਂ ਸੀ ਉਹਨਾਂ ਪਹਿਲਾਂ ਮੈਨੂੰ ਪਤਾ ਨਹੀਂ ਤੂੰ ਚੱਕਣਾ ਵਾ ਜੇ ਮੈਂ ਬਾਹ ਫੜੀ ਨਾ ਇੱਧਰ ਉੱਪਰ ਆ ਇੱਧਰ ਹੁੰਦਾ ਅੱਛਾ ਆ ਇੱਧਰ ਹੁੰਦਾ ਹੈਗਾ ਇੱਧਰ ਆ ਮੈਂ ਆ ਪਤਾ ਨਹੀਂ ਕਿੱਧਰ ਚੈੱਕ ਕਰੀ ਜਾਂਦਾ ਹੈਗਾ ਰੱਖ ਇੱਧਰ ਦੇਖ ਲਓ ਤੁਸੀਂ ਹੈ ਨਹੀਂ ਨਹੀਂ ਕਰਿਆ ਨਹੀਂਗਾ ਜੇ ਕਰਨ ਨੂੰ ਤਾਂ ਹੋਵੇ ਪਰ ਪੇਟੀ ਪੁੱਟੀ ਹਿੱਲ ਜਾਂਦੀ ਯਾਰ ਸਾਰਾ ਕੁਛ ਹੈ ਨਾ ਕਾਹਨੂੰ ਕਰਨਾ ਦੇਖੋ ਤੁਸੀਂ ਦੁਨੇ ਚੋਬਰ ਅੱਜ ਇਕੱਠੇ ਹੋ ਗਏ ਕਿਉਂ ਇੱਕ ਮਿੰਟ ਵੀਰੇ ਮੈਂ ਕਿਹਾ ਨਾਲ ਦੇ ਚਾਰ ਪਿੰਡਾਂ 'ਚ ਸੁਣਦਾ ਹੋਊਗਾ ਹੈ ਨਾ ਦੂਰ ਜ਼ਿਆਦਾ ਸੁਣਦਾ ਇਹ ਪਿੰਡੋਂ ਤੁਰਦਾ ਪੱਖੋਂ ਵਾਲੇ ਪੁੱਛਦਾ ਹਾਏ ਦੇਖੋ ਤੁਸੀਂ ਬਾਈ ਨੇ ਟਰੱਕ ਵੀ ਰੱਖਿਆ ਮੇਰੇ ਫਿੱਟ ਹੀ ਨਹੀਂ ਆਉਣੇ ਹੈਗੇ ਮੇਰੇ ਡਾਇਰੈਕਟਰ ਦੇ ਨਾ ਕੰਪਰੈਸਰ ਫਿੱਟ ਹੋਵੇ ਹਾਂ ਟੈਂਕੀ ਨੂੰ ਵੀ ਜਗ੍ਹਾ ਚਾਹੀਦੀ ਆ ਉਹਦੇ ਜਗ੍ਹਾ ਹੀ ਨਹੀਂ ਵਿਚਾਰੇ ਤੇ ਪਹਿਲੀ ਬਹੁਤ ਕੋਲ ਆਇਆ ਪਿਆ ਹੈਗਾ ਤੇ ਬਾਕੀ ਓਕੇ ਆ ਬਾਈ ਦਾ ਡੱਕ ਲੱਗਾ ਜੌਲ ਥੱਲੇ ਕੇ ਬਾਕੀ ਨਾ ਮਤਲਬ ਰੀਲਾਂ 'ਚ ਤਾਂ ਬਹੁਤ ਦੇਖਿਆ ਅੱਜ ਚਲਾ ਕੇ ਤੇ ਸਵਾਦ ਬਾਹਲਾ ਆਇਆ ਆਹ ਅੱਥਰਾ ਚੱਲਦਾ ਉਹ ਥੋੜ੍ਹਾ ਜਿਹਾ ਬਾਹਲੀ ਅੱਥਰਾ ਚੱਲਦਾ ਉਹ ਖੁੱਲ੍ਹਾ ਹੀ ਚੱਲਦਾ ਉਹਨੇ ਤਾਂ ਮੇਰੀ ਟੀ ਸ਼ਰਟ ਦਾ ਕੰਮ ਵੀ ਕਰਤਾ ਹਾਂ ਹਾਂ ਉਹ ਸਾਂਭ ਹੈ ਇੱਕ ਤਰ੍ਹਾਂ ਦਾ ਵੀ ਸਾਂਭਿਆ ਨਹੀਂ ਜਾਂਦਾ ਉਹ ਸੁਣਾਓ ਫਿਰ ਬੁੱਟਰ ਬਾਈ ਬਸ ਅੱਜ ਮੈਨੂੰ ਤੁਹਾਡੇ ਕਰਕੇ ਮਿਊਟ ਵਾਲੀ ਚੀਜ਼ਾਂ ਕਰਨੀਆਂ ਪੈਣਗੀਆਂ ਨਾ ਉਹ ਤਾਂ ਐਡੀਟਰ ਆਪ ਹੀ ਲਾਈ ਚੱਲੂਗਾ ਕੋਈ ਟੈਨਸ਼ਨ ਨਹੀਂ ਬਸ ਜੀ ਜਿਹੜਾ ਵੀ ਬਲੌਗ ਐਡਿਟ ਕਰੂ ਮੇਰਾ ਵੀਰ ਪਲੀਜ਼ ਧਿਆਨ ਨਾਲ ਦੇਖ ਕੇ ਕਰਿਓ ਮੈਂ ਤਾਂ ਕਹਿ ਨੋਨਾ ਵਿੱਚ ਬਾਕੀ ਚਲੋ ਹੁਣ ਇੱਧਰ ਚੱਲਦੇ ਹਾਂ ਕਿਤੇ ਹਨਾ ਹੋਰ ਲੋਕੇਸ਼ਨ ਤੇ ਬਣਾਉਣੇ ਰੀਲ ਉਹ ਸਾਡਾ ਇੱਕ ਬੰਦਾ ਕਿੱਧਰ ਗਿਆ ਉਹ ਅੱਕੇ ਆ ਬੈਠਾ ਖੜ ਜਾ ਬਸ ਚੜ ਕੇ ਵਗ ਜਾ ਯਾਰ ਮੈਂ ਤਾਂ ਬਸ ਚੜ ਕੇ ਵਗ ਜਾਣਾ ਹੈ ਔਖਾ ਕਿਉਂ ਆ ਗਰਮੀ ਆ ਥੱਕ ਗਏ ਜਾਨ ਜੀ ਨਿਕਲ ਗਈ ਤੇ ਕੋਈ ਕਰਿਆ ਨਹੀਂ ਬਾਤ ਤਾਂ ਨਹੀਂਗਾ ਖਾਣਾ ਪੀਣਾ ਨਹੀਂ ਹੈ ਕੁਛ ਹੈ ਨਹੀਂ ਖਾਣਾ ਪੀਣਾ ਬਸ ਚੜ ਜਾ ਚੱਲਦੇ ਚੱਲਦੇ ਹਾਂ ਦੇਖੋ ਜੀ ਰਸ਼ੀਅਨ ਟੈਂਕੀ ਹੈਗਾ ਇੱਕ ਤਰ੍ਹਾਂ ਦਾ ਜਾਓ ਤੁਸੀਂ ਅਸੀਂ ਆਉਂਦੇ ਹਾਂ ਚਲੋ ਚਲੋ ਲਓ ਜੀ ਮਿੱਤਰੋ ਆਹ ਤਾਂ ਮੈਂ ਦੇਖੇ ਨਹੀਂ ਸੀ ਕੰਪਰੈਸਰ ਦੇਖੋ ਕਿੰਨੀ ਘੈਂਟ ਫਿਟਿੰਗ ਕਰੀ ਹੋਈ ਆ ਵੀਰੇ ਇੱਕ ਮਿੰਟ ਵੀਰੇ ਵੀਰੇ ਮਾੜਾ ਜਿਹਾ ਸਾਵਰ ਆਹ ਦੇਖ ਲਾ ਕਿਹੜਾ ਬਹਿ ਗਿਆ ਬੰਦ ਕਰ ਰਿਹਾ ਬੰਦ ਕਰ ਕਰਦੇ ਯਾਰ ਬੰਦ ਲਓ ਜੀ ਮਿੱਤਰੋ ਤੁਹਾਨੂੰ ਆਹ ਦਿਖਾਉਣਾ ਸੀਗਾ ਕੰਪਰੈਸਰ ਟੈਂਕੀ ਦੀ ਫਿਟਿੰਗ ਕਹਿੰਦੇ ਟੈਂਕੀ 'ਤੇ ਕੀ ਛੁਪਾਇਆ ਹੋਇਆ ਕਹਿੰਦੇ ਝੋਟਾ ਛੁਪਾਇਆ ਹੋਇਆ ਕਹਿੰਦੇ ਐਂ ਨਹੀਂ ਲੋਕ ਝੋਟਾ ਕਹਿੰਦੇ ਛੁਪਾਉਣਾ ਵੀ ਪੈਂਦਾ ਫਿਰ ਬਾਅਦ ਹੈਂਡਲ ਕਹਿ ਦੇ ਉਹੀ ਕਹਿ ਦੇ ਅਤੇ ਬਾਕੀ ਸਪਿਨਰ ਦੇਖੋ ਬਾਈ ਉਹਨਾਂ ਦੇ ਤਿੰਨ ਵਾਲੇ ਪਾਏ ਹੋਏ ਹੈਗੇ ਹੈ ਨਾ ਅਤੇ ਘੁੰਮਾ ਕੇ ਮੈਂ ਦਿਖਾ ਨਹੀਂ ਸਕਦਾ ਮੈਂ ਬਹੁਤ ਔਖਾ ਕੈਮਰਾ ਫੜਿਆ ਨਾਲ ਪਾਵਰ ਬੈਂਕ ਉਧਰੋਂ ਚੱਲੇ ਬਾਈ ਹੋਣੀ ਆਉਂਦੇ ਆ ਸਪਿਨਰ ਘੁੰਮਾਈ ਬਾਈ ਦਿਖਾ ਦਈਏ ਸਾਰੇ ਅਲੱਗ ਅਲੱਗ ਤਰ੍ਹਾਂ ਨੂੰ ਘੁੰਮਾ ਦੇ ਇੱਕ ਇੱਧਰ ਨੂੰ ਹੁਣ ਇਹਨੂੰ ਕਿੱਧਰ ਨੂੰ ਘੁੰਮਾ ਲੈ ਬਸ ਘੁੰਮ ਗਿਆ ਦੇਖੋ ਮੂਹਰੇ ਵੀ ਡਬਲ ਕਰੇ ਹੋਏ ਆ ਉਹ ਲੈ ਕੈਟ ਲਾਉਂਦੇ ਹੱਥ 'ਚ ਫੜਾਓ ਕੇ ਹੈਨਾ ਹੈਗਾ ਜਦੀ ਬਸ ਕਰਾ ਲਓ ਵੀ ਬਾਕੀ ਕਰ ਲਓ ਚੈੱਕ ਹੈਨਾ ਅਤੇ ਬਾਈ ਪਹਿਲਾਂ ਤਾਂ ਇੱਥੇ ਜਮਦੂਤ ਦਾ ਝੋਟਾ ਲਿਖਾਇਆ ਸੀਗਾ ਉਹ ਕਿਤੇ ਲਾਤਾ ਫਿਰ ਵਧੀਆ ਨਹੀਂ ਲੱਗਿਆ ਫਿਰ ਇੱਦਾਂ ਲੈਜੈਂਡ ਲਿਖਾ ਲਿਆ ਹਟ ਜਾ ਇੱਕ ਮਿੰਟ ਇਹ ਕਰੋ ਚੈੱਕ ਕੀ ਲਿਖਿਆ ਹੋਇਆ ਨਾ ਕਰੋ ਚੈੱਕ ਗੱਲਬਾਤ ਲਿਬੜ ਗਿਆ ਲਓ ਮਿੱਤਰੋ ਰੀਲਾਂ ਉਹਲਾ ਕਾਫੀ ਬਣਾਈਆਂ ਅੱਜ ਸਿਰੇ ਹੀ ਕਰਾਤਾ
ਤੇ ਬਾਕੀ ਉਰੇ ਵੀ ਕਾਫੀ ਰੀਲਾਂ ਰੂਲਾਂ ਬਣਾ ਕੇ ਹਨਾ ਤੇ ਓਕੇ ਰਿਪੋਰਟ ਬਟਰ ਭਰਾ ਓਕੇ ਵੀਰੇ ਤੇ ਆਹ ਬਾਈ ਨੂੰ ਤੁਸੀਂ ਇੰਦਰ ਬਾਈ ਦੇ ਵਲੌਗ 'ਚ ਦੇਖਿਆ ਹੋਊਗਾ ਬਾਈ ਕੋਲ ਬਾਈਕਾਂ ਨਹੀਂ ਹੈ ਖਾਸੀਆਂ ਤੇ ਖਾਸੀਆਂ ਨੇ ਕਿੰਨੀਆਂ ਕਿੰਨੇ ਵੀਰੇ ਤਿੰਨ ਤਿੰਨ ਚਾਰ ਮਤਲਬ ਵੀ ਕਹਿ ਨਹੀਂ ਸਕਦੇ ਤਿੰਨ ਵੀ ਨਹੀਂ ਕਹਿ ਸਕਦੇ ਚਾਰ ਵੀ ਨਹੀਂ ਕਹਿ ਸਕਦੇ ਸਾਡੇ ਕੋਲ ਲੈ ਕੇ ਆਇਓ ਨਾ ਨਾ ਇਹਦੇ ਲਵੇ ਨਾ ਆਇਓ ਵੀਰ ਬਣ ਕੇ चल जे नहीं जाना रहन दे यार ओके वीरे ਤੁਹਾਨੂੰ ਦੇਖ ਕੇ ਹਰਸ਼ ਬਾਈ ਹੁਣੀ ਵੀ ਆ ਗਏ ਬਾਈ ਕਿਵੇਂ ਦਾ ਫੀਲ ਹੋ ਰਿਹਾ ਠੀਕ ਆ ਕੋਈ ਚੱਕਰ ਨਹੀਂ ਪ੍ਰਮੋਸ਼ਨ ਦਾ ਕੋਈ ਚੱਕਰ ਨਹੀਂ ਚੈਨਲ ਦੱਸੋ ਕੀ ਆ ਤੁਹਾਡਾ ਪ੍ਰਾਊਡ ਲਾਈਫ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਠੀਕ ਆ ਜੀ ਇਹਤੇ ਪਾ ਦੂੰਗਾ ਇੱਥੇ ਲਿਖ ਕੇ ਲੈ ਵੀਰੇ ਅੱਠ ਨੇਗੇ 16 ਰਲਵਾਉਣੇ ਆ ਚੱਲਦੇ ਆ ਘਰ ਨੂੰ ਤੇ ਬਾਕੀ ਘਰੇ ਜਾ ਕੇ ਤੁਹਾਨੂੰ ਮਿਲਦੇ ਆ ਨਾ ਰਾਤੇ ਦਾ ਕੀ ਦਿਖਾਉਣਾ ਲਓ ਜੀ ਮਿੱਤਰੋ ਅੱਜ ਦਾ ਵਲੌਗ ਕਰਦੇ ਹਾਂ ਪੌਰੀ ਖਤਮ ਉਮੀਦ ਆ ਤੁਹਾਨੂੰ ਵਲੌਗ ਪਸੰਦ ਆਇਆ ਹੋਣਾਗਾ ਤੇ ਬਾਕੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਇੱਕ ਸੀਕ੍ਰੀਟ ਗੱਲ ਦੱਸਾਂ ਤੇ ਅੱਜ ਹੈ ਨਾ ਜਦੋਂ ਮੇਰੀ ਟੀ ਸ਼ਰਟ ਸੀਗੀ ਹੈ ਨਾ ਜਿਹੜੀ ਉੱਥੇ ਮੈਂ ਸਮੋਕ ਸਿਸਟਮ ਚਲਾ ਰਿਹਾ ਸੀਗਾ ਦੂਜੇ ਦਿਓਰ ਬਾਈ ਦੇ ਦੂਜੇ ਡਾਇਰੈਕਟਰ ਦਾ ਮੈਸੀ ਦਾ ਤੇ ਬਾਕੀ ਹੈ ਨਾ ਉਹਦਾ ਸਮੋਕ ਨਾਲ ਉਹ ਡੀਜ਼ਲ ਪੈ ਗਿਆ ਉੱਤੇ ਸਾਰੀ ਟੀ ਸ਼ਰਟ ਖਰਾਬ ਹੋ ਗਈ ਇੱਕ ਤਾਂ ਹੈਗੀ ਵੀ ਵਾਈਟ ਸੀਗੀ ਕਾਲੇ ਕਾਲੇ ਧੱਬੇ ਪੈ ਗਏ ਉੱਤੇ ਤੇ ਹਰਸ਼ ਬਾਈ ਕੋਲ ਟੀ ਸ਼ਰਟ ਪਈ ਸੀਗੀ ਤੇ ਫਿਰ ਅਸੀਂ ਉੱਥੇ ਚੇਂਜ ਕਰ ਲਈ ਤੇ ਸਾਡਾ ਵਧੀਆ ਕੰਮ ਅਸੀਂ ਮਤਲਬ ਵੀਰੇ ਨਾਲ ਬਣਾ ਲਈਆਂ ਤੇ ਬਾਈ ਕਹਿੰਦਾ ਕੋਈ ਨਾ ਘਰੇ ਆ ਕੇ ਧਵਾ ਲਾਂਗੇ ਤੇ ਬਾਕੀ ਓਕੇ ਜੀ ਫਿਰ ਮਿਲਦੇ ਹਾਂ ਬਾਏ ਬਾਏ ਤੇ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ ਦਾ ਲਿੰਕ ਦਿੱਤਾ ਹੋਇਆ ਜਾ ਕੇ ਜ਼ਰੂਰ ਮੇਰਾ ਵੀਰ ਫੋਲੋ ਕਰੇ ਉੱਥੇ ਵੀ ਮੇਰੇ 2 ਲੱਖ ਕਰ ਦਿਓ ਯਾਰ ਹੈ ਨਾ ਤੇ ਓਕੇ ਬਾਏ।